ਬੁਰੇ ਬੰਦੇ ਨੂੰ ਲੱਭਣ ਟੁਰਿਆ ਤੇ ਬੁਰਾ ਨਾ ਲੱਭਿਆ ਕੋਈ, ਇਹ ਬਜ਼ੁਰਗ ਕਹਿੰਦੇ ਨੇ। ਮੈਂ ਆਪਣੇ ਪਾਕਿਸਤਾਨ ਦਾ ਹਾਲ ਵੇਖਣਾ ਤੇ ਮੇਰਾ ਦਿਲ ਖੂਨ ਦੇ ਅਸਰ ਹੁੰਦਾ। ਇਹ ਫਕੀਰ ਤਾਂ ਮਿਹਨਤ ਕਰ ਸਕਦਾ, ਖੁਦਾ ਦਾ ਵਾਸਤਾ ਮੇਰਾ ਇਹ ਮੈਂ ਬਣਦਾ, ਅੱਲਾ ਦਾ ਵਾਸਤਾ ਹੈ। ਮੈਂ ਆਪਣੇ ਤਾਕਤ ਰਲ ਕੇ ਆਪਣੇ ਜੱਜ, ਆਪਣੇ ਜਰਨੈਲ, ਆਪਣੇ ਸਰਮਾਇਦਾਰ ਜਿਹੜੇ ਪਾਕਿਸਤਾਨ ਦੇ ਕਰਤਾ ਦਰਤਾ ਨੇ ਉਹਨਾਂ ਨੂੰ ਮਿੰਨਤ ਕਰਕੇ ਕਰ, ਖੁਦਾ ਦਾ ਵਾਸਤਾ ਜੇ ਆਪਣੇ ਅੰਦਰ ਜਾਤੀ ਮਾਰੋ। ਮੈਂ 22 ਕਰੋੜ ਆਵਾਮ ਨੂੰ ਵੀ ਇਹ ਕਹਿੰਦਾ ਕਿ ਆਪਣੇ ਅੰਦਰ ਜਾਤੀ ਮਾਰੋ। ਸਾਡਾ ਪਾਕਿਸਤਾਨ ਕਿੰਨਾ ਹਾਲਾਤ ਹੈ ਇਹ ਵੇਖੋ, ਸੋਚੋ, ਗੌਰ ਕਰੋ। ਸਾਡੀ ਬਦਕਿਸਮਤੀ ਇਹ ਕਿ ਅਸੀਂ ਸੱਚ ਉਹ ਸੁਣਨਾ ਚਾਹੁੰਦੇ ਹਾਂ ਜਿਹੜਾ ਸਾਨੂੰ ਚੰਗਾ ਲੱਗਦਾ, ਦੂਜਾ ਸੱਚ ਅਸੀਂ ਨਹੀਂ ਸੁਣਦੇ, ਸਾਨੂੰ ਪਸੰਦ ਨਹੀਂ ਆਉਂਦਾ। ਅਸਲ ਸੱਚ ਉਹ ਜਿਹਨੂੰ ਆਖਿਆ ਪਾਂਬੜ ਲੱਗਦੇ। ਸਾਡੇ ਬਜ਼ੁਰਗ ਕਹਿੰਦੇ ਬੁਰੇ ਬੰਦੇ ਨੂੰ ਲੱਭਣ ਟੁਰਿਆ ਤੇ ਬੁਰਾ ਨਾ ਲੱਭਾ ਕੋਈ, ਆਪਣੇ ਅੰਦਰ ਝਾਤੀ ਮਾਰੀ ਵੇਖੋ ਬੁਰਾ ਨਾ ਕੋਈ, ਆਪਣੇ ਅੰਦਰ ਝਾਤੀ ਮਾਰੋ।